ਪੰਜਾਬੀ ਫਿਲਮ ਇੰਡਸਟਰੀ ਦਿਨ ਬ ਦਿਨ ਗਰੋ ਕਰ ਰਹੀ ਹੈ ਅਤੇ ਆਪਣੇ ਕੰਟੈਂਟ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਦੇ ਵਿੱਚ ਕਾਮਯਾਬ ਹੋ ਰਹੀ ਹੈ। ਫੁਰਤੀਲਾ ਫਿਲਮ ਦਾ ਜਦੋਂ ਦਾ ਪੋਸਟਰ ਆਇਆ ਸੀ, ਫੈਨਸ ਦੇ ਅੰਦਰ ਇੱਕ ਅਲੱਗ ਕਿਉਰੋਸਿਟੀ ਸੀ, ਕਿਉਂਕਿ ਜੱਸੀ ਗਿੱਲ ਨੇ ਆਪਣੇ ਲੁੱਕਸ ਦੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਹੁਣ ਇਸਦਾ ਜਦੋਂ ਤੋਂ ਟ੍ਰੇਲਰ ਰਿਲੀਜ਼ ਹੋਇਆ ਹੈ, ਲਗਾਤਾਰ ਟ੍ਰੈਂਡਿੰਗ ਦੇ ਵਿੱਚ ਹੈ। ਟ੍ਰੇਲਰ ਦੇ ਵਿੱਚ ਦੇਖ ਸਕਦੇ ਹੋ ਇੱਕ ਕਾਲਜ ਗੋਇੰਗ ਸਟੂਡੈਂਟ ਦੀ ਕਹਾਣੀ ਨੂੰ ਦੱਸਿਆ ਗਿਆ ਹੈ ਅਤੇ ਇਹਨਾਂ ਦੀ ਬਹੁਤ ਪਿਆਰੀ ਜਿਹੀ ਲਵ ਸਟੋਰੀ ਇਸ ਟ੍ਰੇਲਰ ਦੇ ਵਿੱਚ ਸਮਝ ਆ ਰਹੀ ਹੈ। ਕਾਲਜ ਦੇ ਵਿੱਚ ਬਹੁਤ ਸਾਰੇ ਬੱਚੇ ਹੁੰਦੇ ਨੇ, ਜਿਹਨਾਂ ਵਿੱਚੋਂ ਕੁਝ ਪੜ੍ਹਨ ਵਾਲੇ ਹੁੰਦੇ ਆ ਤੇ ਕੁਝ ਸ਼ਰਾਰਤੀ ਹੁੰਦੇ ਆ, ਤੇ ਉਹਨਾਂ ਬੱਚਿਆਂ ਦੇ ਵਿੱਚੋਂ ਹੀ ਇੱਕ ਐਸਾ ਸਟੂਡੈਂਟ ਹੈ ਜੋ ਕਿ ਆਪਣੇ ਭੋਲੇਪਨ ਦੇ ਕਾਰਨ ਹਮੇਸ਼ਾ ਹੀ ਲੋਕਾਂ ਦੀ ਨਜ਼ਰਾਂ ਦੇ ਵਿੱਚ ਆਉਂਦਾ ਹੈ, ਜਿਸਦਾ ਨਾਮ ਹੈ ਜੱਸੀ ਗਿੱਲ, ਤੇ ਸਟੂਡੈਂਟ ਇਸਨੂੰ ਫੁਰਤੀਲਾ ਕਹਿੰਦੇ ਨੇ ਉਸਦੇ ਫੁਰਤੀਲੇਪਨ ਦੇ ਨਾਲ ਨਹੀਂ ਸਗੋਂ ਉਸਦੀਆਂ ਹਰਕਤਾਂ ਦੇ ਕਾਰਨ। ਤੇ ਇਸ ਫਿਲਮ ਦੇ ਵਿੱਚ ਜੱਸੀ ਗਿੱਲ ਦੇ ਓਪੋਜ਼ਿਟ ਅਮਾਇਰਾ ਦਸਤੂਰ ਵੀ ਨਜ਼ਰ ਆਉਣ ਵਾਲੇ ਆ। ਅਮਾਇਰਾ ਦਸਤੂਰ ਆਪਣੀ ਕਿਊਟ ਜਿਹੀ ਸਮਾਈਲ ਤੇ ਆਪਣੀ ਅਦਾਕਾਰੀ ਦੇ ਨਾਲ ਇੱਕ ਵਾਰੀ ਫੇਰ ਤੋਂ ਦਰਸ਼ਕਾਂ ਦਾ ਦਿਲ ਜਿੱਤਣ ਦੇ ਵਿੱਚ ਕਾਮਯਾਬ ਹੋ ਰਹੇ ਨੇ। ਇਹ ਟ੍ਰੇਲਰ ਜਦੋਂ ਤੋਂ ਰਿਲੀਜ਼ ਹੋਇਆ, ਦਰਸ਼ਕਾਂ ਦੀ ਪਸੰਦ ਬਣਦਾ ਜਾ ਰਿਹਾ ਤੇ ਦਰਸ਼ਕ ਇਸ ਨੂੰ ਬੇਹੱਦ ਪਸੰਦ ਕਰ ਰਹੇ ਨੇ। ਹੁਣ ਤੱਕ ਇਸ ਫਿਲਮ ਦੇ ਬਹੁਤ ਸਾਰੇ ਗੀਤ ਰਿਲੀਜ਼ ਹੋ ਚੁੱਕੇ ਨੇ, ਜਿਸ ਦੇ ਵਿੱਚ ਸੂਰਜ, ਮੈਂ ਕਮਲਾ, ਪਿਆਰ ਚ ਹਾਂ ਤੇ ਹਾਲ ਪੁੱਛਦਾ, ਜਿਸ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਵੈਲ, ਜੇਕਰ ਤੁਸੀਂ ਵੀ ਫੁਰਤੀਲਾ ਫਿਲਮ ਦਾ ਟ੍ਰੇਲਰ ਦੇਖ ਲਿਆ ਹੈ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਫੇਵਰਟ ਪਾਰਟ ਜ਼ਰੂਰ ਕਮੈਂਟ ਕਰੋ। ਪੰਜਾਬੀ ਫਿਲਮ ਇੰਡਸਟਰੀ ਦਿਨ ਬ ਦਿਨ ਗਰੋ ਕਰ ਰਹੀ ਹੈ ਅਤੇ ਆਪਣੇ ਕੰਟੈਂਟ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਦੇ ਵਿੱਚ ਕਾਮਯਾਬ ਹੋ ਰਹੀ ਹੈ। ਫੁਰਤੀਲਾ ਫਿਲਮ ਦਾ ਜਦੋਂ ਦਾ ਪੋਸਟਰ ਆਇਆ ਸੀ, ਫੈਨਸ ਦੇ ਅੰਦਰ ਇੱਕ ਅਲੱਗ ਕਿਉਰੋਸਿਟੀ ਸੀ, ਕਿਉਂਕਿ ਜੱਸੀ ਗਿੱਲ ਨੇ ਆਪਣੇ ਲੁੱਕਸ ਦੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਹੁਣ ਇਸਦਾ ਜਦੋਂ ਤੋਂ ਟ੍ਰੇਲਰ ਰਿਲੀਜ਼ ਹੋਇਆ ਹੈ, ਲਗਾਤਾਰ ਟ੍ਰੈਂਡਿੰਗ ਦੇ ਵਿੱਚ ਹੈ। ਟ੍ਰੇਲਰ ਦੇ ਵਿੱਚ ਦੇਖ ਸਕਦੇ ਹੋ ਇੱਕ ਕਾਲਜ ਗੋਇੰਗ ਸਟੂਡੈਂਟ ਦੀ ਕਹਾਣੀ ਨੂੰ ਦੱਸਿਆ ਗਿਆ ਹੈ ਅਤੇ ਇਹਨਾਂ ਦੀ ਬਹੁਤ ਪਿਆਰੀ ਜਿਹੀ ਲਵ ਸਟੋਰੀ ਇਸ ਟ੍ਰੇਲਰ ਦੇ ਵਿੱਚ ਸਮਝ ਆ ਰਹੀ ਹੈ। ਕਾਲਜ ਦੇ ਵਿੱਚ ਬਹੁਤ ਸਾਰੇ ਬੱਚੇ ਹੁੰਦੇ ਨੇ, ਜਿਹਨਾਂ ਵਿੱਚੋਂ ਕੁਝ ਪੜ੍ਹਨ ਵਾਲੇ ਹੁੰਦੇ ਆ ਤੇ ਕੁਝ ਸ਼ਰਾਰਤੀ ਹੁੰਦੇ ਆ, ਤੇ ਉਹਨਾਂ ਬੱਚਿਆਂ ਦੇ ਵਿੱਚੋਂ ਹੀ ਇੱਕ ਐਸਾ ਸਟੂਡੈਂਟ ਹੈ ਜੋ ਕਿ ਆਪਣੇ ਭੋਲੇਪਨ ਦੇ ਕਾਰਨ ਹਮੇਸ਼ਾ ਹੀ ਲੋਕਾਂ ਦੀ ਨਜ਼ਰਾਂ ਦੇ ਵਿੱਚ ਆਉਂਦਾ ਹੈ, ਜਿਸਦਾ ਨਾਮ ਹੈ ਜੱਸੀ ਗਿੱਲ, ਤੇ ਸਟੂਡੈਂਟ ਇਸਨੂੰ ਫੁਰਤੀਲਾ ਕਹਿੰਦੇ ਨੇ ਉਸਦੇ ਫੁਰਤੀਲੇਪਨ ਦੇ ਨਾਲ ਨਹੀਂ ਸਗੋਂ ਉਸਦੀਆਂ ਹਰਕਤਾਂ ਦੇ ਕਾਰਨ। ਤੇ ਇਸ ਫਿਲਮ ਦੇ ਵਿੱਚ ਜੱਸੀ ਗਿੱਲ ਦੇ ਓਪੋਜ਼ਿਟ ਅਮਾਇਰਾ ਦਸਤੂਰ ਵੀ ਨਜ਼ਰ ਆਉਣ ਵਾਲੇ ਆ। ਅਮਾਇਰਾ ਦਸਤੂਰ ਆਪਣੀ ਕਿਊਟ ਜਿਹੀ ਸਮਾਈਲ ਤੇ ਆਪਣੀ ਅਦਾਕਾਰੀ ਦੇ ਨਾਲ ਇੱਕ ਵਾਰੀ ਫੇਰ ਤੋਂ ਦਰਸ਼ਕਾਂ ਦਾ ਦਿਲ ਜਿੱਤਣ ਦੇ ਵਿੱਚ ਕਾਮਯਾਬ ਹੋ ਰਹੇ ਨੇ। ਇਹ ਟ੍ਰੇਲਰ ਜਦੋਂ ਤੋਂ ਰਿਲੀਜ਼ ਹੋਇਆ, ਦਰਸ਼ਕਾਂ ਦੀ ਪਸੰਦ ਬਣਦਾ ਜਾ ਰਿਹਾ ਤੇ ਦਰਸ਼ਕ ਇਸ ਨੂੰ ਬੇਹੱਦ ਪਸੰਦ ਕਰ ਰਹੇ ਨੇ। ਹੁਣ ਤੱਕ ਇਸ ਫਿਲਮ ਦੇ ਬਹੁਤ ਸਾਰੇ ਗੀਤ ਰਿਲੀਜ਼ ਹੋ ਚੁੱਕੇ ਨੇ, ਜਿਸ ਦੇ ਵਿੱਚ ਸੂਰਜ, ਮੈਂ ਕਮਲਾ, ਪਿਆਰ ਚ ਹਾਂ ਤੇ ਹਾਲ ਪੁੱਛਦਾ, ਜਿਸ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਵੈਲ, ਜੇਕਰ ਤੁਸੀਂ ਵੀ ਫੁਰਤੀਲਾ ਫਿਲਮ ਦਾ ਟ੍ਰੇਲਰ ਦੇਖ ਲਿਆ ਹੈ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਫੇਵਰਟ ਪਾਰਟ ਜ਼ਰੂਰ ਕਮੈਂਟ ਕਰੋ।